ਇਹਦਾ ਤਿਉਹਾਰ ਲੱਗ ਗਿਆ ਤੇ ਇੱਕ ਮੈਂ ਲਾਟਰੀ ਪਾਈ ਸੀ ਇਹਨਾਂ ਕੋਲੋਂ ਬੇਦੀ ਹਰ ਬੰਦੇ ਨੂੰ ਲਾਲਚ ਹੁੰਦਾ ਕਿ ਲਾਟਰੀ ਜਿਹੜੀ ਪਾਈ ਜਾਏ ਔਰ ਕਿਤੇ ਨਾ ਕਿਤੇ ਉਹ ਲਾਟਰੀ ਉਹਦੀ ਨਿਕਲੇ ਲੇਕਿਨ ਮੈਂ ਵੀ ਇੱਕ ਲਾਟਰੀ ਪਾਈ ਪਰ ਉਹਦੇ 'ਚ ਮੇਰਾ ਇਨਾਮ ਲੱਗਾ ਵਾ 2000 ਰੁਪਏ ਦਾ ਮਤਲਬ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੋ ਹੀ ਕਿ ਆਮ ਜਨਤਾ ਜਿਹੜਾ ਇਹਨਾਂ ਨੂੰ ਵਿਸ਼ਵਾਸ ਨਹੀਂ ਕਰਦੀ ਕਿ ਸ਼ਾਇਦ ਇਹ ਇਸ ਤਰੀਕੇ ਦੀ ਲਾਟਰੀ ਵੇਚਦੇ ਨੇ ਜਾਂ ਫਰਾਡ ਜਾਂ ਕੁਛ ਇਸ ਤਰ੍ਹਾਂ ਦਾ ਪਰ ਇਸ ਤਰ੍ਹਾਂ ਦਾ ਕੁਛ ਨਹੀਂ ਆ ਇਹਨਾਂ ਨੇ ਪਿੱਛੇ ਲਿਖ ਦਿੱਤਾ ਕਿ ਤੁਹਾਡਾ 2000 ਰੁਪਇਆ ਬਣਦਾ ਤੁਸੀਂ ਉਹ ਲੈ ਲਓ ਪਰ ਮੇਰੇ ਸਿਰਫ ਤੁਹਾਨੂੰ ਦੱਸਣ ਦਾ ਮਕਸਦ ਇਹੀ ਹੈ ਵੀ ਅਸੀਂ ਇਹ ਲਾਟਰੀ ਜਿਹੜੀ ਹੈ ਦੀਵਾਲੀ ਬੰਪਰ ਸਾਰੇ ਲੋਕ ਰਹਿੰਦੇ ਨੇ ਇਹ ਜਿਹੜੀ ਮੈਂ ਲਾਟਰੀ ਪਾਈ ਸੀ ਇਹ ਹੈਗਾ ਸੀ ਦੁਸ਼ਹਿਰਾ ਬੰਪਰ ਔਰ ਨਾਗਾਲੈਂਡ ਦੀ ਲਾਟਰੀ ਸੀ ਨਾਗਾਲੈਂਡ ਦੀ ਲਾਟਰੀ ਜਿਹੜੀ ਹੈ ਪੰਜਾਬ ਦੇ ਵਿੱਚ ਹੀ ਲੱਗੀ ਆ ਫਾਜ਼ਿਲਕਾ ਸ਼ਹਿਰ ਦੇ ਵਿੱਚ ਅੰਕਲ ਜੀ 5 ਕਰੋੜ ਦੀ ਲੱਗੀ ਸੀ 5 ਕਰੋੜ ਦਾ ਜਿਹੜਾ ਬੰਪਰ ਲੱਗਾ ਸੀ ਉਹ ਫਾਜ਼ਿਲਕਾ ਦੇ ਵਿੱਚ ਲੱਗਾ ਵਾ ਔਰ ਚਲੋ ਸਾਡਾ ਨਹੀਂ ਲੱਗਾ ਇਹ 2000 ਰੁਪਏ ਦਾ ਹੀ ਲੱਗਾ ਅਜੇ ਅਗਲਾ ਜਿਹੜਾ ਦੀਵਾਲੀ ਬੰਪਰ ਵੀ ਲੱਗੇਗਾ ਅੰਕਲ ਜੀ ਨਾਲ ਵੀ ਗੱਲਬਾਤ ਕਰਨੀ ਆ ਕਿ ਹੁਣ ਤੱਕ ਕਿੰਨੇ ਲੋਕਾਂ ਦੀ ਇਹਨਾਂ ਨੇ ਜਿਹੜੀ ਹੈ ਕਿ ਉਹ ਬੰਪਰ ਕੱਢੇ ਨੇ ਆਓ ਮੇਰੇ ਨਾਲ ਲਾਟਰੀ ਸਟਾਲ ਦੀ ਪ੍ਰਮੋਸ਼ਨ ਨਹੀਂ ਹੈ ਲੇਕਿਨ ਫਿਰ ਵੀ ਮੈਂ ਤੁਹਾਨੂੰ ਕੁਝ ਤਸਵੀਰਾਂ ਦਿਖਾਵਾਂਗਾ ਵੀ ਇਹ ਗੁਰਦਾਸਪੁਰ ਦੇ ਲਾਇਬ੍ਰੇਰੀ ਰੋਡ ਤੇ ਜਿਹੜਾ ਬੇਦੀ ਲਾਟਰੀ ਸਟਾਲ ਹੈ ਉਹਨਾਂ ਨੇ ਕਾਫੀ ਤਸਵੀਰਾਂ ਦੇ ਵਿੱਚ ਤੁਹਾਨੂੰ ਮੈਂ ਦਿਖਾ ਰਿਹਾ ਕਿ ਬੇਦੀ ਜਿਹੜੇ ਲਾਟਰੀ ਸਟਾਲ ਵਾਲੇ ਅੰਕਲ ਨੇ 2018 ਦੇ ਵਿੱਚ ਵੀ ਜਿਹੜੀ ਲਾਟਰੀ ਨਿਕਲੀ ਸੀ ਉਹ ਵੀ ਉਹਦਾ 5th ਪ੍ਰਾਈਜ਼ 50,000 ਰੁਪਏ ਦਿੱਤਾ ਦਾ 1 ਕਰੋੜ ਰੁਪਏ ਦਾ ਬੰਪਰ ਵੀ ਦਿੱਤਾ ਦਾ ਔਰ ਕਾਫੀ ਸਾਰੀਆਂ ਲਾਟਰੀਆਂ ਇਹਨਾਂ ਨੇ ਜਿਹੜੀ ਦਿੱਤੀ ਨੇ ਦੀਵਾਲੀ ਦਾ ਤਿਉਹਾਰ ਲੱਗ ਗਿਆ ਔਰ ਸਾਰੇ ਲੋਕ ਜਿਹੜੇ ਚਾਹੁੰਦੇ ਨੇ ਕਿ ਸਾਡੇ ਘਰ ਸੁੱਖ ਸ਼ਾਂਤੀ ਸਮ੍ਰਿੱਧੀ ਆਵੇ ਔਰ ਪੈਸਾ ਧਨ ਲਕਸ਼ਮੀ ਦੇਵੀ ਆਵੇ ਔਰ ਲਾਟਰੀ ਜਿਹੜੀ ਪਾਉਂਦੇ ਨੇ ਅੰਕਲ ਜੀ ਇਹ ਦੱਸੋ ਕਿ ਮਤਲਬ ਕਦੋਂ ਤੋਂ ਲਾਟਰੀ ਦਾ ਕੰਮ ਕਰ ਰਹੇ ਆਪਾਂ ਮੈਨੂੰ ਜੀ 35 ਸਾਲ ਹੋ ਗਏ ਕੰਮ ਕਰਦੇ ਆ ਅੱਛਾ ਜੀ ਕਾਫੀ ਨਾਮ ਲੱਗ ਚੁੱਕੇ ਹੁਣ ਤੱਕ ਪੰਜਾਬ ਸਰਕਾਰ ਦੀਆਂ ਲਾਟਰੀ ਸਕੀਮਾਂ ਚਲਾਈਆਂ ਕਾਫੀ ਲੋਕਾਂ ਨੂੰ ਫਾਇਦਾ ਹੋ ਚੁੱਕਾ 1.5 ਕਰੋੜ ਦਾ ਨਾਮ ਲੱਗਾ ਬਾਕੀ ਛੋਟੇ ਮੋਟੇ 5 ਲੱਖ ਦੇ 12 ਲੱਖ ਦੇ ਔਰ 50,000 ਦੇ ਹੁਣ ਤੱਕ ਕਾਫੀ ਨਾਮ ਲੱਗ ਚੁੱਕੇ ਨੇ ਇਹਦੇ ਵਿੱਚ ਕਾਫੀ ਲੋਕੀ ਖੁਸ਼ ਨੇ ਇੱਕ ਅੰਕਲ ਜੀ ਲੋਕਾਂ ਨੂੰ ਭੁਲੇਖਾ ਹੁੰਦਾ ਕਿ ਯਾਰ ਨਕਲੀ ਨਾ ਹੋਵੇ ਜਾਂ ਕੁਛ ਇਸ ਤਰ੍ਹਾਂ ਉਹਦੇ ਵਾਸਤੇ ਕੋਈ ਨਹੀਂ ਸਭ ਗੱਲ ਹੈ ਤਾਂ ਉਹ ਜਿੰਨੇ ਮੂਲ ਦੀਆਂ ਗੱਲਾਂ ਜੀ ਪੰਜਾਬ ਸਰਕਾਰ ਦੀ ਲਾਟਰੀ ਆ ਪੰਜਾਬ ਟੈਕਸ ਲੈ ਰਹੀ ਆ GST ਲੱਗੀ ਪਈ ਆ ਦੀਵਾਲੀ ਬੰਪਰ ਚੱਲਦਾ ਪਿਆ ਹੁਣ ਇਹਦੇ ਤੋਂ ਕੁਛ ਸਮਝਾਓ ਸਾਨੂੰ ਇਹ ਦੁਰਗਾ ਪੂਜਾ ਬੰਪਰ ਹੈ ਜੀ 5 ਕਰੋੜ ਦਾ ਹਾਂਜੀ ਇਹਦਾ ਪਹਿਲਾ ਨਾਮ ਲੱਗਾ ਫਾਜ਼ਿਲਕਾ ਹਾਂਜੀ ਬਾਕੀ ਛੋਟੇ ਮੋਟੇ ਨਾਮ ਖਿੰਦਰ ਕੇ ਲੱਗੇ ਪੰਜਾਬ ਚ 9,000 ਲੱਗ ਇਹ ਲਾਟਰੀ ਮੈਂ ਆਪ ਹੀ ਖਰੀਦੀ ਔਰ ਮੇਰਾ 2000 ਰੁਪਏ ਨਿਕਲਿਆ ਠੀਕ ਹੈ ਬਾਕੀ ਇਹ ਭਾਈ ਸਾਹਿਬ ਨਾਲ ਲਾਟਰੀ ਖਰੀਦਿਆ ਨਾਮ ਲੱਗਾ 2000 ਰੁਪਏ ਦਾ ਤੇ ਕਾਫੀ ਨਾਮ ਇਹ ਚ ਯਾਨੀ ਕਿ ਦੇਖ ਰਹੇ ਲੋਕਾਂ ਦੇ ਸਾਡੇ ਕੋਲ ਬਹੁਤ ਸਾਰੇ ਨਾਮ ਪਏ ਨੇ ਅੱਛਾ ਇਹ ਵਾਲੇ ਮੰਥਲੀ ਲਾਟਰੀ ਚੱਲਦੀ ਪਈ ਆ ਦੀਵਾਲੀ ਬੰਪਰ ਚੱਲਦਾ ਪਿਆ ਕਾਫੀ ਮਤਲਬ ਕਿ ਠੀਕ ਠਾਕ ਵਧੀਆ ਕੰਮ ਹੈ ਲਾਟਰੀ ਪਾਣਾ ਸਾਰਿਆਂ ਦਾ ਅਧਿਕਾਰ ਆ ਔਰ ਲਾਟਰੀ ਨਿਕਲਣਾ ਇਹ ਕੁਦਰਤ ਰੱਬ ਦੇ ਹੱਥ ਵਿੱਚ ਹੈ ਲੇਕਿਨ ਇੱਕ ਚੀਜ਼ ਅਸੀਂ ਦੱਸਣੀ ਚਾਹਾਂਗੇ ਵੀ ਆਪਣੀ ਕਿਸਮਤ ਨੂੰ ਅਜਮਾਉਣ ਵਾਸਤੇ ਤੁਸੀਂ ਲਾਟਰੀ ਜ਼ਰੂਰ ਪਾਓ ਕਿਉਂਕਿ ਸਾਡੇ ਗੁਰਦਾਸਪੁਰ ਦੇ ਵਿੱਚ ਇਤਿਹਾਸ ਹੈ ਕਿ ਕੁਝ ਅਜਿਹੇ ਲੋਕਾਂ ਨੇ ਲਾਟਰੀ ਪਾਈ ਸੀ ਜਿਨ੍ਹਾਂ ਦੇ ਜਿਹੜੇ ਕਿ ਵਾਰੇ ਨਿਆਰੇ ਹੋ ਗਏ ਔਰ ਉਹਨਾਂ ਦੀ ਲਾਟਰੀ ਨਿਕਲੀ ਇੱਕ ਪ੍ਰਮੋਸ਼ਨ ਵੀ ਕਰ ਰਿਹਾ ਮੈਂ ਔਰ ਇਸ ਤਰੀਕੇ ਨਾਲ ਕਰ ਰਿਹਾ ਕਿ ਚਲੋ ਕਿਸੇ ਦੀ ਅਗਰ ਪੰਜਾਬ ਸਰਕਾਰ ਵੱਲੋਂ ਇਹ ਲਾਟਰੀ ਦਾ ਸਿਸਟਮ ਸ਼ੁਰੂ ਕੀਤਾ ਗਿਆ ਅਗਰ ਜੇ ਦੀਵਾਲੀ ਬੰਪਰ ਕਿਸੇ ਦਾ ਨਿਕਲਦਾ ਤੇ ਉਹ ਜਿਹੜੀ ਹੈ ਕਿ 7.5 ਕਰੋੜ ਦਾ ਪਹਿਲਾ ਇਨਾਮ ਦਿੱਤਾ ਜਾ ਰਿਹਾ ਸਰਕਾਰ ਦੀ ਮਾਨਤਾ ਪ੍ਰਾਪਤ ਲਾਟਰੀ ਹੈ ਕੋਈ ਜਾਲੀ ਵਾਲਾ ਕੰਮ ਨਹੀਂ ਹੈਗਾ ਇਹ ਗਰੰਟਡ ਹੈ ਸਰਕਾਰ ਦੀ ਦੇਖ ਰੇਖ ਸਾਰਾ ਕਾਰੋਬਾਰ ਹੋ ਰਿਹਾ ਜੀ ਤੁਸੀਂ ਆਪਣੀ ਇਹ ਸਟੈਂਪ ਵੀ ਲਾ ਕੇ ਦਿੰਦੇ ਹੋ ਜੀ ਜੀ ਸ਼ੁਰੂ ਪਹਿਲੇ ਮਤਲਬ ਆਪਣੀ ਦੁਕਾਨ ਦੀ ਔਰ ਕੀ ਕੀ ਨੋਟ ਕਰਦੇ ਜਿਹਨੂੰ ਲਾਟਰੀ ਵੇਚਦੇ ਹੋ ਫੋਨ ਨੰਬਰ ਲਵਾਂ ਗਾਹਕ ਦਾ ਜੀ ਅੱਛਾ ਜੀ ਜੇ ਗਾਹਕ ਨਾਂ ਲਿਖਣਾ ਜੇ ਨਾਂ ਲਿਖ ਲਈਦਾ ਅੱਛਾ ਜੀ ਤੇ ਅੱਜ ਕੱਲ੍ਹ ਤਕਰੀਬਨ ਫੋਨ ਨੰਬਰ ਚੱਲਦਾ ਅੱਛਾ ਕੰਮ ਸਾਰਾ ਆਨਲਾਈਨ ਆ ਆਨਲਾਈਨ ਸਾਰੇ ਰਿਜ਼ਲਟ ਆ ਰਹੇ ਤੇ ਬਾਕੀ ਵਧੀਆ ਚੱਲਦਾ ਪਿਆ ਕਾਰੋਬਾਰ ਚਲੋ ਸਰ ਇਹ ਸਨ ਆਪਣੇ ਬੇਦੀ ਅੰਕਲ ਜੀ ਜਿਹੜੇ ਗੁਰਦਾਸਪੁਰ ਦੇ ਲਾਇਬ੍ਰੇਰੀ ਰੋਡ ਤੇ ਨੇ ਔਰ ਇਹਨਾਂ ਵੱਲੋਂ ਲਾਟਰੀ ਸਟਾਲ ਕਾਫੀ ਪੁਰਾਣਾ ਕਿੰਨੇ ਸਾਲ ਪੁਰਾਣਾ ਅੰਕਲ ਜੀ 35 ਸਾਲ 35 ਸਾਲ ਪੁਰਾਣਾ ਲਾਟਰੀ ਸਟਾਲ ਚਲਾਇਆ ਜਾ ਰਿਹਾ ਔਰ ਸ਼ਹਿਰਦਾਰ ਲੋਕ ਨੇ ਇਹ ਇਹਨਾਂ ਦੀ ਵਧੀਆ ਜਿਹੜੀ ਹੈ ਕਿ ਉਹ ਦੁਕਾਨ ਹੈ ਔਰ ਇਹ ਬਿਲਕੁਲ ਮੈਡੀਕਲ ਸਟੋਰਾਂ ਦੇ ਸਾਹਮਣੇ ਹੈ ਗੁਰਦਾਸਪੁਰ ਸ਼ਹਿਰ ਦੇ ਵਿੱਚ ਹੋ ਸਕੇ ਤੇ ਦੀਵਾਲੀ ਬੰਪਰ ਜ਼ਰੂਰ ਪਾਓ ਤੇ ਤਾਂ ਕਿ ਤੁਹਾਡਾ ਇਨਾਮ ਨਿਕਲੇ ਧੰਨਵਾਦ